स्वागत है थोड़ा एक नवे ब्लॉग दे विच। आपां सीगे स्टॉकटन डिलीवरी अपनी डन हो गई, आपां चले हुण सलीनस। आपां करनियां तीन पिकअपां, पहली अपनी 4 बजे, दूजी 8 बजे ते तीजी रात नूं 12 बजे। चलदे आ ਲੇ ਖਾਣਾ ਖਾ ਜੋ ਇੰਡੀਆ ਨਹੀਂ ਅਮਰੀਕਾ ਗਾ। ਮੀਂਹ ਬਹੁਤ ਪੈ ਗਿਆ ਤੇ ਸੜਕ ਤੇ ਪਾਣੀ ਖੜਾ ਗਾ, ਪਾਣੀ ਵੀ ਕੀ ਆ ਗੋਡੇ ਗੋਡੇ। ਜਿੱਥੇ ਆਪਾਂ ਡਿਲੀਵਰੀ ਕੀਤੀ ਉੱਥੇ ਵੀ ਇਹੀ ਹਾਲ ਸੀਗਾ, ਵੇਅਰ ਹਾਊਸ ਦੇ ਵਿੱਚ ਵੀ, ਕਿਉਂਕਿ ਮੀਂਹ ਬਹੁਤ ਜ਼ਿਆਦਾ ਪਈ ਜਾਂਦਾ ਤੇ ਵਾਰਨਿੰਗ ਵੀ ਆ ਰਹੀ ਸੀ ਵੀ ਤੁਹਾਨੂੰ ਨਹੀਂ ਜ਼ਿਆਦਾ ਐਮਰਜੈਂਸੀ ਤਾਂ ਘਰੇ ਰਹੋ ਕਿਉਂਕਿ ਵੈਦਰ ਬਹੁਤ ਖਰਾਬ ਅੱਜ, ਮੀਂਹ ਪੈਣਾ ਬਹੁਤ ਜ਼ਿਆਦਾ ਅੱਜ ਸਾਰਾ ਦਿਨ ਹੀ। ਵੈਸੇ ਗਰਮੀ ਆ, 17-18 ਡਿਗਰੀ ਟੈਂਪਰੇਚਰ ਇਸ ਟਾਈਮ, ਪਰ ਉਹ ਮੀਂਹ ਬਹੁਤ ਜ਼ਿਆਦਾ ਪੈਂਦੇ ਆ ਇੱਥੇ ਕਾਫੀ ਦਿਨਾਂ ਤੋਂ। ਲਾਸਟ ਟਾਈਮ ਵੀ ਜਦੋਂ ਆਪਾਂ ਲਾਸਟ ਵੀਕ ਆਏ ਸੀ ਸ਼ਾਇਦ, ਆਪਾਂ ਨਵੇਂ ਸਾਲ ਦੇ ਵਿੱਚ, ਨਵੇਂ ਸਾਲ ਤੋਂ ਪਹਿਲਾਂ ਸੀਗੇ ਆਪਾਂ ਆਏ ਇੱਥੇ 30-31 ਦਸੰਬਰ ਜੀ ਦੇ ਨੇੜੇ, ਉਦੋਂ ਵੀ ਇਹੀ ਹਾਲ ਸੀ, ਬਹੁਤ ਜ਼ਿਆਦਾ ਮੀਂਹ ਸੀਗਾ ਅਤੇ ਹੁਣ ਵੀ ਇਹੀ, ਕਿਉਂਕਿ ਇਹਦਾ ਚੱਕਰ ਇਹ ਹੈ ਥੋੜ੍ਹਾ ਜਿਹਾ ਨਾ ਇਹ ਸਮੁੰਦਰ ਦੇ ਨੇੜੇ ਰਹਿ ਜਾਂਦਾ, ਉਹਦੇ ਕਰਕੇ ਮੀਂਹ ਜ਼ਿਆਦਾ ਪੈਂਦੇ ਨੇ। ਕੈਲੀਫੋਰਨੀਆ ਜਿਹੜਾ ਪੂਰਾ ਇੱਧਰ ਸਮੁੰਦਰ ਦੇ ਨਾਲ ਆ ਜਾਂਦਾ ਅਤੇ ਮੀਂਹ ਜ਼ਿਆਦਾ, ਇਸ ਇਹੀ ਰੀਜ਼ਨ ਆ ਜ਼ਿਆਦਾ ਮੀਂਹ ਪੈਣ ਦਾ। ਬਹੁਤ ਸੋਹਣਾ ਵਿਊ ਆ ਸਾਹਮਣੇ, ਕਿਉਂਕਿ ਇੱਥੋਂ ਸਾਰਾ ਇਹ ਹਿੱਲ ਸ਼ੁਰੂ ਹੋ ਜਾਂਦੀ ਆ। ਹੁਣ ਜੇ ਆਪਾਂ ਇੱਧਰ ਜਾ ਰਹੇ ਹਾਂ ਸਲੀਨਸ ਵੱਲ ਨੂੰ, ਸਲੀਨਸ ਵੀ ਇੱਕ ਹਿਸਾਬ ਦੇ ਨਾਲ ਹਿੱਲ 'ਤੇ ਹੀ ਬਣਿਆ ਹੋਇਆ ਹੈਗਾ। ਇੱਧਰ ਤੁਸੀਂ ਦੇਖ ਸਕਦੇ ਜਿਹੜੇ ਇੱਧਰ ਲੱਗੇ ਹੋਏ ਆ ਵਿੰਡ ਮਿਲਸ ਲੱਗੇ ਹੋਏ ਆ, ਜਿਹਨਾਂ ਨਾਲ ਬਿਜਲੀ ਬਣਾਉਂਦੇ, ਹਵਾ ਨਾਲ ਚੱਲਦੇ ਆ ਸਾਰੇ ਪੱਖੇ। ਆ ਜਿਹੜੇ ਲੱਗੇ ਆ, ਮੈਂ ਜ਼ੂਮ ਕਰਕੇ ਦਿਖਾਉਣਾ, ਪਹਿਲਾਂ ਵੀ ਦਿਖਾਏ ਸੀਗੇ, ਉੱਧਰ ਵੀ ਕਾਫੀ ਆਉਂਦੇ ਆ ਜਦੋਂ ਆਪਾਂ ਉੱਧਰੋਂ ਐਂਟਰ ਹੁੰਦੇ ਹਾਂ ਨਾ ਕਿੰਗ ਮੈਨ ਤੋਂ, ਹਾਈਵੇ 40 ਲੈ ਕੇ ਆਉਂਦੇ ਆ ਆਪਾਂ ਇੱਧਰ ਨੂੰ, ਅਤੇ ਉਦੋਂ ਬਾਅਦ ਹਾਈਵੇ 58 'ਤੇ ਆ ਕੇ ਉੱਥੇ ਵੀ ਕਾਫੀ ਲੱਗੇ ਹੋਏ ਨੇਗੇ, ਬਹੁਤ ਵੱਡੀ ਗਿਣਤੀ ਦੇ ਵਿੱਚ ਸਾਰੇ ਲੱਗੇ ਹੋਏ ਨੇ ਕਿਉਂਕਿ ਹਵਾ ਬਹੁਤ ਚੱਲਦੀ ਹੈ ਇੱਥੇ। ਪਿੱਛੇ ਬੋਰਡ 'ਤੇ ਲਿਖਿਆ ਵੀ ਹੋਇਆ ਸੀਗਾ ਵੀ ਤੇਜ਼ ਹਵਾ ਚੱਲ ਰਹੀ ਹੈ ਅੱਗੇ, ਥੋੜ੍ਹਾ ਧਿਆਨ ਨਾਲ ਚਲਾਇਓ ਟਰੱਕ। ਵਾਰਨਿੰਗ ਜਦੋਂ ਵੀ ਕੋਈ ਹੁੰਦੀ ਹੈ ਵਾਰਨਿੰਗ ਵੈਦਰ ਨਾਲ ਰਿਲੇਟਡ, ਇਹ ਜਿਹੜੇ ਬੋਰਡ ਲੱਗੇ ਹੁੰਦੇ ਇਲੈਕਟ੍ਰੋਨਿਕ ਸੜਕਾਂ 'ਤੇ ਉਹਨਾਂ ਦੇ ਇਹ ਲਿਖ ਦਿੰਦੇ ਆ, ਜਿਵੇਂ ਰਾਤ ਕੱਲ੍ਹ ਲਿਖਿਆ ਹੋਇਆ ਸੀਗਾ ਵੀ ਅੱਜ ਜਿਵੇਂ ਮੀਂਹ ਪੈਣਾ ਗਾ ਉਹਦੇ ਰਿਲੇਟਡ ਸੀਗੀ। ਹੁਣ ਇਹ ਜਿਹੜਾ ਏਰੀਆ 'ਤੇ ਹਵਾ ਕਾਫੀ ਤੇਜ਼ ਚੱਲਦੀ, ਉਹਦੇ ਨਾਲ ਰਿਲੇਟਡ ਉਹਨਾਂ ਨੇ ਲਿਖਿਆ ਸੀਗਾ ਵੀ ਟਰੱਕ ਹਾਈਵੇ 'ਤੇ ਧਿਆਨ ਨਾਲ ਚਲਾਇਓ ਵੀ ਕਿਸੇ ਵੀ ਟਾਈਮ ਵੀ ਜਿਹੜੀ ਹਵਾ ਗਈ ਉਹ ਇੱਕਦਮ ਤੇਜ਼ ਆ ਸਕਦੀ ਹੈ, ਤਾਂ ਕਰਕੇ ਵਾਰਨਿੰਗ ਪਹਿਲਾਂ ਲਿਖ ਦਿੱਤਾ ਕਿ ਡਰਾਈਵਰ ਆ ਜਿਹੜੇ ਉਹ ਅਲਰਟ ਰਹਿਣ ਡਰਾਈਵਿੰਗ ਕਰਦੇ ਟਾਈਮ। ਹੁਣ ਜਿਵੇਂ ਜਿਵੇਂ ਆਪਾਂ ਅੱਗੇ ਜਾਵਾਂਗੇ ਇੱਧਰੋਂ ਸੋਹਣੇ ਤੋਂ ਸੋਹਣੇ ਵਿਊ ਹੀ ਆਉਣਗੇ ਸਾਰੇ, ਇਹ ਮੈਂ ਤੁਹਾਨੂੰ ਦਿਖਾਉਂਦਾ ਜਾਊਂਗਾ ਨਾਲ ਨਾਲ ਜਿਵੇਂ ਜਿਵੇਂ ਵਿਊ ਆਉਣਗੇ। ਫਾਰਮ ਬਹੁਤ ਜ਼ਿਆਦਾ ਨੇ ਇੱਥੇ, ਹੁਣ ਜਿਵੇਂ ਗਾਵਾਂ ਹੀ ਤੁਰੀਆਂ ਫਿਰਦੀਆਂ ਇੱਥੇ ਪਹਾੜਾਂ 'ਤੇ ਚੱਲਦੀਆਂ, ਖੁੱਲੀਆਂ ਹੀ ਫਿਰਦੀਆਂ ਰਹਿੰਦੀਆਂ ਇਹ। ਆਏ ਆਪਣੀ ਵੀ ਸਮਝ ਤੋਂ ਬਾਹਰ ਆ ਵੀ ਇਹ ਕਿਵੇਂ ਇਹਨਾਂ ਨੂੰ ਪਛਾਣਦੇ ਹੋਣਗੇ, ਵੈਸੇ ਤਾਂ ਟੈਗ ਲੱਗੇ ਹੁੰਦੇ ਪਰ ਫਿਰ ਵੀ ਜਦੋਂ ਇੰਨੀਆਂ ਗਾਵਾਂ ਇਕੱਠੀਆਂ ਹੋ ਜਾਂਦੀਆਂ ਕਿਸੇ ਦਾ ਕੀ ਪਤਾ ਲੱਗਦਾ ਵੀ ਸਾਡੀ ਗਾਂ ਕਿਹੜੀ ਹੈਗੀ। ਇਹ ਗੱਲਾਂ ਸਮਝੋ ਬਾਹਰ ਆ ਵੀ ਕਿਵੇਂ ਇਹਨਾਂ ਨੂੰ ਮੈਨੇਜ ਕਰਦੇ ਹੋਣਗੇ ਇੰਨੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ, ਕਿਉਂਕਿ ਗਾਵਾਂ ਬਹੁਤ ਜ਼ਿਆਦਾ ਫਿਰਦੇ ਹੁੰਦੀਆਂ ਕਿਉਂਕਿ ਸਾਰੇ ਪਹਾੜ ਹਰੇ ਆ, ਮੀਂਹ ਪੈਂਦੇ ਆ, ਆਹ ਵੈਦਰ 'ਚ ਆ ਕੇ ਜਿਵੇਂ ਆਪਣੇ ਤਾਂ ਉੱਧਰ ਹੁਣ ਸਨੋਅ ਪੈਣ ਲੱਗ ਜਾਂਦੀ ਹੈਗੀ ਕੈਨੇਡਾ ਸਾਈਡ, ਇੱਥੇ ਮੀਂਹ ਸ਼ੁਰੂ ਹੋ ਜਾਂਦੇ ਆ ਜ਼ਿਆਦਾ, ਤਾਂ ਕਰਕੇ ਜਿਵੇਂ ਆਪਾਂ ਦੇਖਿਆ ਸਾਰੇ ਪਹਾੜ ਹਰੇ ਹਰੇ ਨੇ ਕਿਉਂਕਿ ਘਾਹ ਉੱਗ ਰਿਹਾ ਇਹਨਾਂ ਦੇ ਉੱਪਰ। ਗਰਮੀ 'ਚ ਇਹੀ ਘਾਹ ਗਰਮੀ ਪੈਂਦੀ ਆ, ਮੀਂਹ ਘੱਟ ਪੈਂਦੇ ਉਦੋਂ ਮੱਚ ਜਾਂਦੇ ਆ। ਇਹ ਹੁਣ ਆਪਾਂ ਜਾ ਰਹੇ ਹਾਂ ਹਾਈਵੇ I-580 ਹੈ ਇਹ, ਜਿਹੜੇ ਉੱਪਰ ਹੁਣ ਆਪਾਂ ਇਸ ਟਾਈਮ ਜਾ ਰਹੇ ਹਾਂ, ਉਹ ਦੂਜੇ ਪਾਸੇ ਵੀ ਤੁਸੀਂ ਰੋਡ ਦੇਖ ਲਓ ਜਿੱਧਰੋਂ ਟ੍ਰੈਫਿਕ ਆ ਰਿਹਾ ਹੈਗਾ, ਉਹ ਥੋੜ੍ਹੀ ਜਿਹੀ ਨੀਵੀਂ ਆਪਣੀ ਇੱਧਰਲੀ ਰੋਡ ਨਾਲੋਂ, ਆਪਾਂ ਥੋੜ੍ਹੇ ਜਿਹੇ ਇੱਧਰ ਹਾਈਟ ਦੇ ਵਿੱਚ ਹੈਗੇ। ਸਾਹਮਣੇ ਆਪਣੇ ਟਾਊਨ ਆ ਗਿਆ ਇੱਕ, ਇਹਦਾ ਨਾਂ ਗਾ ਲਿਵਰਮੋਰ, ਛੋਟਾ ਜਿਹਾ ਟਾਊਨ ਆ ਲਿਵਰਮੋਰ, ਇਹ ਆਪਾਂ ਨੂੰ ਦੇਖ ਰਿਹਾ ਗਾ ਬਿਲਕੁਲ ਸਾਹਮਣੇ ਆਪਣੇ ਇਸ ਟਾਈਮ, ਬੜੀ ਸੋਹਣੀ ਜਗ੍ਹਾ 'ਤੇ ਬਣਿਆ ਹੋਇਆ ਹੈਗਾ, ਕੈਂਪਿੰਗ ਵੈਂਪਿੰਗ ਕਰਨ ਨੂੰ ਬਹੁਤ ਵਧੀਆ ਜਗ੍ਹਾ ਹੈਗੀ। ਚਾਰ ਚੁਫੇਰੇ ਪਹਾੜ, ਪਹਾੜਾਂ ਦੇ ਵਿੱਚ ਇਹ ਟਾਊਨ ਜਿਹਾ ਬਣਿਆ। ਅੱਗੇ ਵੀ ਜਦੋਂ ਆਪਾਂ ਇੱਥੋਂ ਅੱਗੇ ਵੱਲ ਨੂੰ ਜਾਵਾਂਗੇ ਅਲੈਸਟਰ ਆਊਗਾ, ਸਲੀਨਸ ਆਊਗਾ, ਸਲੀਨਸ ਤੋਂ ਪਹਿਲਾਂ ਇੱਕ ਹੋਰ ਆ ਜਿੱਥੋਂ ਆਪਾਂ ਪਿਕਅਪ ਕਰਨੀ ਹੈਗੀ, ਉਹ ਸਾਰੀ ਇਵੇਂ ਬਣੇ ਹੋਏ ਆ ਸਕੇਲ ਦਾ, ਜਿਵੇਂ ਬੋਰਡ ਇਵੇਂ ਦੇ ਇਲੈਕਟ੍ਰੋਨਿਕ ਬੋਰਡ ਹੁੰਦੇ ਆ ਸਕੇਲ ਦਾ ਲੱਗਿਆ ਹੋਇਆ ਨਾ ਵੀ ਸਕੇਲ ਕਲੋਜ਼ ਆ ਕੇ ਡੂ ਨੋਟ ਐਂਟਰ ਇਨ ਟੂ ਦਾ ਸਕੇਲ, ਪਹਿਲਾਂ ਹੀ ਦੱਸਦਾ। ਵੈਸੇ ਤਾਂ ਆਪਣੇ ਟਰੱਕ ਦੇ ਵਿੱਚ ਵੀ ਸਿਸਟਮ ਲੱਗਿਆ ਹੋਇਆ ਹੈਗਾ, ਆਪਾਂ ਨੂੰ ਦੱਸ ਦਿੰਦਾ ਇਹ ਸਕੇਲ ਦੇ ਵਿੱਚ ਐਂਟਰ ਹੋਣਾ ਜਾਂ ਨਹੀਂ ਹੋਣਾ। ਕੰਸਟਰਕਸ਼ਨ ਦਾ ਕੰਮ ਚੱਲ ਰਿਹਾ, ਉਹਦੇ ਕਰਕੇ ਰੋਡ ਆ ਜਿਹੜੀ ਉਹ ਛੋਟੀ ਕਰੀ ਹੋਈ ਹੈਗੀ, ਜਾਣੀ ਕਿ ਟਾਈਟ ਆ ਰੋਡ। ਵੈਸੇ ਤਾਂ ਰੋਡਾਂ ਇਹ ਦੋ ਨੇ, ਹੁਣ ਇੱਕ ਰੋਡ ਨੂੰ ਹੀ ਇਹਦੇ ਕਨਵਰਟ ਕੀਤਾ ਹੋਇਆ ਉਹਦੇ 'ਤੇ ਆਉਣ ਵਾਸਤੇ, ਉਹਦੇ 'ਤੇ ਜਾਣ ਵਾਸਤੇ ਵਿਚਾਲੇ ਸਿਰਫ ਇਹਨਾਂ ਨੇ ਆਹ ਰੈੱਡ ਜੇ ਲਾਤੇ ਆ ਛੋਟੇ ਛੋਟੇ ਪਿੱਲਰ ਜੇ, ਤਾਂ ਕਿ ਪਤਾ ਰਹੇ। ਬਾਕੀ ਆ ਜੈਲੋ ਪੱਟੀ ਲੱਗੀ ਹੋਈ ਆ ਦੂਜੇ ਪਾਸੇ ਆਉਣ ਵਾਲਿਆਂ, ਅਤੇ ਇੱਧਰੋਂ ਆਪਾਂ ਉੱਧਰ ਨੂੰ ਜਾ ਰਹੇ ਹਾਂ। ਇਹ ਜਿਹੜੀ ਨਾਲ ਵਾਲੀ ਰੋਡ ਹੈਗੀ ਜਿਹੜੀ ਜਾਣ ਵਾਲੀ ਰੋਡ ਸੀ, ਜਾਣੀ ਕਿ ਉਹ ਰੋਡ 'ਤੇ ਇਸ ਟਾਈਮ ਕੰਸਟਰਕਸ਼ਨ ਚੱਲ ਰਹੀ ਹੈਗੀ।
ਉਹਦੇ ਕਰਕੇ ਟ੍ਰੈਫਿਕ ਵੀ ਸਲੋ ਆ ਗਿਆ ਕਿਉਂਕਿ ਆਪਣੇ ਤਾਂ ਉੱਥੇ ਇਹ ਹੁੰਦਾ ਕੈਨੇਡਾ ਦੇ ਵਿੱਚ ਜ਼ਿਆਦਾਤਰ ਸਮਰ ਦੇ ਵਿੱਚ ਹੀ ਚੱਲਦੀ ਹੈ ਕੰਸਟਰਕਸ਼ਨ ਪਰ ਇੱਥੇ ਇਹ ਵੀ ਇੱਥੇ ਕਿਹੜਾ ਸਨੋਅ ਪੈਣੀ ਹੈ ਤਾਂ ਕਰਕੇ ਇੱਥੇ ਹਰ ਟਾਈਮ ਹੀ ਚੱਲਦੀ ਰਹਿੰਦੀ ਹੈ ਕੰਸਟਰਕਸ਼ਨ ਜਦੋਂ ਵੀ ਟਾਈਮ ਮਿਲੇ ਇਹਨਾਂ ਨੂੰ ਕਰਦੇ ਹੀ ਰਹਿੰਦੇ ਹੈਗੇ ਇੱਥੇ ਪਹਿਲਾਂ ਵੀ ਆਏ ਸੀਗੇ ਕਾਫ਼ੀ ਚੱਲਦੀ ਹੈ ਇੱਧਰ ਕੰਸਟਰਕਸ਼ਨ ਕਿਉਂਕਿ ਹਿੱਲੀ ਹੋਣ ਕਰਕੇ ਮੀਂਹ ਪੈਣ ਕਰਕੇ ਟੁੱਟਦੀ ਜ਼ਿਆਦਾ ਸੜਕ ਜਦੋਂ ਪਹਿਲਾਂ ਅਸੀਂ ਆਏ ਸੀਗੇ ਮਤਲਬ ਦੀ ਸ਼ਾਇਦ ਤਿੰਨ ਇੱਕ ਮਹੀਨੇ ਪਹਿਲਾਂ ਆਏ ਤਿੰਨ ਚਾਰ ਮਹੀਨੇ ਉਦੋਂ ਵੀ ਕੰਸਟਰਕਸ਼ਨ ਚੱਲੀ ਜਾਂਦੀ ਸੀ ਥੋੜ੍ਹਾ ਲੰਬਾ ਟਾਈਮ ਹੀ ਚੱਲਦੀ ਹੈ ਹਿੱਲਾਂ ਦੇ ਵਿੱਚ ਵੈਸੇ ਵੀ ਥੋੜ੍ਹਾ ਜਿਹਾ ਔਖਾ ਹੁੰਦਾ ਰੋਡ ਵਗੈਰਾ ਦੀ ਮੇਨਟੇਨੈਂਸ ਰੱਖਣੀ ਅਤੇ ਰੋਡ ਬਣਾਉਣੀ ਤਾਂ ਕਰਕੇ ਇਹ ਪ੍ਰੋਬਲਮ ਆਉਂਦੀ ਹੈ ਇੱਥੇ ਆ ਕੇ ਕੰਮ ਹੋਰ ਵੀ ਟਾਈਟ ਹੋ ਗਿਆ ਜਮਾਂ ਪੂਰਾ ਪੂਰਾ ਟਰੱਕ ਹੀ ਲੰਘਦਾ ਹੈਗਾ ਉਨੀ ਕੀ ਜਗ੍ਹਾ ਇਹਨਾਂ ਨੇ ਬਣਾਈ ਹੋਈ ਹੈਗੀ ਦੋਨੇ ਪਾਸੇ ਕੰਸਟਰਕਸ਼ਨ ਬਟ ਅੱਗੇ ਜਾ ਕੇ ਮੇਰੇ ਹਿਸਾਬ ਨਾਲ ਰੋਡ ਖੁੱਲ੍ਹ ਜੂਗੀ ਦੇਖਦੇ ਹਾਂ ਬਾਕੀ ਹਾਂ ਖੁੱਲ੍ਹ ਗਈ ਅੱਗੇ ਜਾ ਕੇ ਰੋਡ ਕਿਉਂਕਿ ਪਿੱਛੇ ਉਨੇ ਕੁ ਥਾਂ 'ਚ ਕੰਸਟਰਕਸ਼ਨ ਇੱਧਰ ਟ੍ਰੈਫਿਕ ਡਿਵਰਟ ਹੋ ਗਿਆ ਆਉਣ ਵਾਲਾ ਉੱਧਰ ਜਾਣ ਵਾਲਾ ਇੱਧਰ ਆਪਾਂ ਇਸ ਟਾਈਮ ਲੰਘ ਰਹੇ ਹਾਂ ਸੈਨ ਜੋਸੇ ਦੇ ਵਿੱਚੋਂ ਸ਼ਹਿਰਾਂ ਦੇ ਨਾਮ ਔਖੇ ਆ ਮੈਨੂੰ ਪਤਾ ਨਹੀਂ ਹੁੰਦਾ ਜੀ ਮੈਂ ਨਾਂ ਸਹੀ ਲੈਂਦਾ ਜਾਂ ਗਲਤ ਲੈਂਦਾ ਗਾ ਵੈਸੇ ਸੈਨ ਜੋਸੇ ਹੀ ਆ ਮੈਨੂੰ ਲੱਗਦੀ ਇਹ ਸ਼ਹਿਰ ਕਾਫ਼ੀ ਵੱਡਾ ਹੈਗਾ ਬਾਕੀ ਹਿੱਲੀ ਆ ਹਿੱਲੀ ਹੋਣ ਕਰਕੇ ਤੁਹਾਨੂੰ ਪਤਾ ਹਿੱਲਾਂ ਦੇ ਵਿੱਚ ਵੈਸੇ ਹੀ ਸੋਹਣਾ ਲੱਗਦਾ ਮਾਹੌਲ ਸਾਰਾ ਚਾਰ ਚੁਫੇਰ ਹੁਣ ਜਿਵੇਂ ਆਪਣੇ ਸਾਹਮਣੇ ਘਰ ਬਣੇ ਹੋਏ ਨੇ ਹਿੱਲ ਦੇ ਪੈਰਾਂ ਜਿਹਾ 'ਚ ਬਣੇ ਹੋਏ ਨੇ ਘਰ ਇਹ ਅਤੇ ਬਹੁਤ ਸੋਹਣੇ ਲੱਗਦੇ ਇੱਥੋਂ ਆ ਪਿੱਛੇ ਹਿੱਲ ਆ ਗਈ ਕਿਉਂਕਿ ਵੈਸੇ ਹੀ ਤੁਹਾਨੂੰ ਜਿਵੇਂ ਦੱਸੇ ਨਾ ਹੁਣ ਮੀਂਹ ਸ਼ੁਰੂ ਹੋ ਗਿਆ ਮੀਂਹਾਂ ਦੇ ਕਰਕੇ ਸਾਰਾ ਘਾਹ ਇੱਥੇ ਹਰਾ ਹਰਾ ਹੋ ਗਿਆ ਉਹਦੇ ਕਰਕੇ ਜ਼ਿਆਦਾ ਸੋਹਣੇ ਲੱਗਦੇ ਜਿਹੜੇ ਪਹਾੜ ਜੇ ਹੈਗੇ ਗਰਮੀ ਦੇ ਵਿੱਚ ਇਹੀ ਘਾਹ ਜਿਹੜਾ ਹੁੰਦਾ ਉਹ ਮੱਚ ਜਾਂਦਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈਂਦੀ ਗਰਮੀ ਪੈਂਦੀ ਆਪਣੇ ਇੰਡੀਆ ਨੂੰ ਹੀ ਇੱਥੇ 42-43 ਡਿਗਰੀ ਤੱਕ ਜਾ ਵੜਦਾ ਟੈਂਪਰੇਚਰ ਜਿਵੇਂ ਇੱਧਰ ਵੀ ਸ਼ਹਿਰ ਹੈ ਇੱਧਰਲੇ ਪਾਸੇ ਵੀ ਆਪਣੇ ਇੱਧਰ ਵੀ ਸਾਰੇ ਘਰ ਬਣੇ ਹੋਏ ਨੇ ਸ਼ਹਿਰ ਹੈ ਇੱਧਰ ਵੀ ਇਹ ਤੋਂ ਪਰੇ ਨੂੰ ਜਿੱਧਰ ਆਪਾਂ ਨਿਗਾਹ ਮਾਰਦੇ ਹਾਂ ਉੱਧਰ ਨੂੰ ਸਾਰਾ ਮੈਦਾਨੀ ਏਰੀਆ ਆ ਜਾਂਦਾ ਹੈਗਾ ਆਪਣੇ ਰਾਈਟ ਹੈਂਡ ਸਾਈਡ 'ਤੇ ਲੈਫਟ ਹੈਂਡ ਸਾਈਡ 'ਤੇ ਸਾਰਾ ਹਿੱਲੀ ਆ ਆਪਣੇ ਕਿਉਂਕਿ ਖੇਤੀਬਾੜੀ ਵੀ ਬਹੁਤ ਹੁੰਦੀ ਹੈ ਇੱਥੇ ਜਿਹੜੇ ਪਾਸੇ ਮੈਦਾਨੀ ਏਰੀਆ ਇੱਥੋਂ ਵਿਊ ਚੈੱਕ ਕਰੋ ਸ਼ਹਿਰ ਦਾ ਹੁਣ ਆਪਾਂ ਹਾਈਟ ਦੇ ਉੱਪਰ ਆ ਜਾਣੀ ਕਿ ਪੁੱਲ ਦੇ ਉੱਪਰ ਇਸ ਟਾਈਮ ਆਪਾਂ ਪੁੱਲ ਤੋਂ ਥੱਲੇ ਨਹੀਂ ਦਾ ਸਾਰਾ ਸ਼ਹਿਰ ਇੱਧਰ ਜਿਵੇਂ ਆ ਗਿਆ ਸਾਹਮਣੇ ਇਹ ਸਾਰਾ ਪੁੱਲ ਆ ਜਿਹੜਾ ਹੁਣ ਆਪਾਂ ਲੰਘ ਰਹੇ ਹਾਂ ਸਾਹਮਣੇ ਹਿੱਲ ਆ ਗਈ ਇੱਧਰ ਇੱਧਰਲੇ ਪਾਸੇ ਨੂੰ ਸ਼ਹਿਰ ਆ ਗਿਆ ਹੈਗਾ ਕਿਉਂਕਿ ਥੋੜ੍ਹਾ ਜਿਹਾ ਪਲੇਨ ਏਰੀਆ ਇਸੇ ਕਰਕੇ ਪਲੇਨ ਏਰੀਏ ਦੇ ਵਿੱਚ ਹੀ ਜ਼ਿਆਦਾ ਘਰ ਬਣੇ ਹੁੰਦੇ ਨੇ ਇੱਧਰਲੇ ਪਾਸੇ ਆਪਣੇ ਸਾਰਾ ਪਲੇਨ ਆ ਏਰੀਆ ਅਤੇ ਪੁੱਲ ਆ ਜਿਹੜਾ ਆਪਾਂ ਹੁਣ ਥੱਲੇ ਉੱਤਰ ਰਹੇ ਹੈਗੇ ਟ੍ਰੈਫਿਕ ਹੋ ਗਿਆ ਜਾਮ ਆਪਣੇ ਸਾਹਮਣੇ ਕਿਉਂਕਿ ਜਿਹੜਾ ਮੇਨ ਰੋਡ ਆ ਉਹ ਕਲੋਜ਼ ਆ ਪੁਲਿਸ ਖੜ੍ਹੀ ਸੀਗੀ ਉਹ ਬੰਦ ਕਰਿਆ ਹੋਇਆ ਹੈਗਾ ਰੀਜ਼ਨ ਪਤਾ ਨਹੀਂ ਕੀ ਹੈਗਾ ਹੋ ਸਕਦਾ ਮੀਂਹ ਮੂੰਹ ਜ਼ਿਆਦਾ ਪੈ ਜਾਂਦਾ ਉਹਦੇ ਕਰਕੇ ਕਈ ਵਾਰੀ ਇਹ ਹੁੰਦਾ ਵੀ ਜਿਹੜਾ ਕੋਈ ਅੰਡਰ ਬ੍ਰਿਜ ਹੁੰਦਾ ਉਹ ਵੀ ਪਾਣੀ ਪੂਣੀ ਨਾਲ ਭਰੇ ਫਿਰਦੇ ਉਹਦੇ ਕਰਕੇ ਵੀ ਹੋ ਸਕਦਾ ਹੁਣ ਸਾਰਾ ਜਿਹੜਾ ਟ੍ਰੈਫਿਕ ਹੈ ਸ਼ਹਿਰ ਵਿੱਚ ਡਿਵਰਟ ਕੀਤਾ ਹੋਇਆ ਇਸ ਟਾਈਮ ਅਤੇ ਤਾਂ ਜੋ ਜਾਮ ਲੱਗਿਆ ਹੋਇਆ ਕਾਫ਼ੀ ਜ਼ਿਆਦਾ ਪਿੱਛੇ ਵੀ ਫਸੇ ਰਹੇ ਆ ਪਹਿਲਾਂ ਜਾਮ ਦੇ ਵਿੱਚ ਹਾਈਵੇ 'ਤੇ ਹੁਣ ਜਿੱਥੋਂ ਸ਼ਹਿਰ ਦੇ ਵਿੱਚ ਇਹਨਾਂ ਨੇ ਕੱਢਿਆ ਇਹਦੇ 'ਤੇ ਵੀ ਜਾਮ ਆ ਪੂਰਾ ਫੁੱਲ ਕਿਉਂਕਿ ਜਿਹੜਾ ਸਾਰਾ ਟ੍ਰੈਫਿਕ ਸੀ ਉਹ ਸਾਰਾ ਇੱਧਰ ਡਿਵਰਟ ਕਰਤਾ ਹੁਣ ਟਰੱਕਾਂ ਕਰਕੇ ਜ਼ਿਆਦਾ ਟ੍ਰੈਫਿਕ ਜਾਮ ਹੋ ਜਾਂਦਾ ਚਲੋ ਕਾਰਾਂ ਦਾ ਤਾਂ ਚੱਲੀ ਜਾਂਦਾ ਕੰਮ
ਜਦੋਂ ਟਰੱਕ ਆ ਜਾਂਦੇ ਵਿੱਚ ਫਿਰ ਟਰੱਕਾਂ ਕਰਕੇ ਟ੍ਰੈਫਿਕ ਜ਼ਿਆਦਾ ਜਾਮ ਹੁੰਦਾ ਹੈਗਾ ਅਤੇ ਉਹਦੇ ਕਰਕੇ ਜਿਵੇਂ ਤੁਸੀਂ ਦੇਖ ਸਕਦੇ ਹੋ ਦੋਨੇ ਸਾਈਡਾਂ 'ਤੇ ਟ੍ਰੈਫਿਕ ਜਾਮ ਆ ਪਰਲੇ ਪਾਸੇ ਵੀ ਅਤੇ ਇੱਧਰ ਵੀ ਆਹ ਹਾਲਾਤ ਬਣੇ ਪਏ ਨੇ ਮੀਂਹ ਇੰਨਾ ਜ਼ਿਆਦਾ ਪੈ ਗਿਆ ਉਹਦੇ ਕਰਕੇ ਹਾਈਵੇ ਬੰਦ ਅਤੇ ਆਪਾਂ ਨੂੰ ਅਰਾਊਂਡ ਡੇਢ ਘੰਟਾ ਹੋ ਗਿਆ ਖੜਿਆਂ ਨੂੰ ਸੜਕਾਂ 'ਤੇ ਪਾਣੀ ਆਇਆ ਫਿਰਦਾ ਜਿੱਥੋਂ ਤੱਕ ਨਿਗਾਹ ਮਾਰੋਗੇ ਪਾਣੀ ਹੀ ਪਾਣੀ ਆ ਇਹਦੇ ਕਰਕੇ ਜਿਹੜਾ ਮੇਨ ਹਾਈਵੇ ਉਹ ਵੀ ਬੰਦ ਹੋ ਗਿਆ ਕਿਉਂਕਿ ਮੇਨ ਹਾਈਵੇ ਡੁੱਬਿਆ ਪਿਆ ਸਾਰਾ ਪਾਣੀ 'ਚ ਸਾਰਾ ਟ੍ਰੈਫਿਕ ਜਿਹੜਾ ਸ਼ਹਿਰ ਵਿੱਚ ਦੀ ਕੱਢਿਆ ਸੀਗਾ ਲੋਕਲ ਰੋਡ ਲੋਕਲ ਰੋਡ 'ਤੇ ਵੀ ਹੁਣ ਇੱਥੇ ਖੜ੍ਹੇ ਹੈਗੇ ਪਾਣੀ ਕਾਫੀ ਜ਼ਿਆਦਾ ਜਿਵੇਂ ਜਿਵੇਂ ਅੱਗੇ ਜਾਵਾਂਗੇ ਹੋਰ ਜ਼ਿਆਦਾ ਪਾਣੀ ਇੱਥੇ ਤਾਂ ਹਾਲੇ ਸ਼ੁਰੂ ਹੀ ਹੋਇਆ ਕੰਮ ਕਿਉਂਕਿ ਮੀਂਹ ਪੈ ਰਿਹਾ ਰਾਤ ਦਾ ਬਹੁਤ ਜ਼ਿਆਦਾ ਉਹਦੇ ਕਰਕੇ ਫਲੱਡਿੰਗ ਵਾਲੀ ਸਿਚੁਏਸ਼ਨ 'ਚ ਹੀ ਬਣੀ ਹੋਈ ਹੈ ਗਿੱਲ ਰੋਏ ਹੈ ਇਹਦਾ ਸ਼ਹਿਰ ਦਾ ਨਾਂ ਜਿੱਥੇ ਹੁਣ ਆਪਾਂ ਹੈਗੇ ਇਸ ਟਾਈਮ ਜਿਹੜਾ ਕਿ ਪਾਣੀ 'ਚ ਡੁੱਬਿਆ ਪਿਆ ਗਾ ਮੀਂਹ ਕਰਕੇ ਇੱਧਰ ਇੱਕ ਟਰੱਕ ਖੜ੍ਹਾ ਓਵਰ ਸਾਈਜ਼ ਵਾਲਾ ਹਾਈਵੇ 'ਤੇ ਕਿਉਂਕਿ ਆਪਾਂ ਤਾਂ ਲੋਕਲ ਕੱਢ ਲਿਆ ਇਹ ਓਵਰ ਸਾਈਜ਼ ਲੋਡ ਹੈ ਤਾਂ ਕਰਕੇ ਹਾਈਵੇ 'ਤੇ ਖੜ੍ਹਾ ਹੁਣ ਜਿੰਨਾ ਚਿਰ ਹਾਈਵੇ ਨਹੀਂ ਖੁੱਲ੍ਹਦਾ ਉਨਾ ਟਾਈਮ ਇਹਨੂੰ ਇੱਥੇ ਹੀ ਖੜ੍ਹਨਾ ਪੈਣਾ ਗਾ ਪੁਲਿਸ ਵੀ ਖੜ੍ਹੀ ਹੈ ਹੈਲਪ ਵਾਸਤੇ ਉਹ ਮੈਂ ਸਾਹਮਣੇ ਤੁਹਾਨੂੰ ਦਿਖਾਉਣਾ ਕਿੰਨਾ ਪਾਣੀ ਆ ਸਾਰੀ ਰੋਡ ਇੱਧਰੋਂ ਬੰਦ ਹੋਈ ਪਈ ਹੈ ਪਾਣੀ ਕਰਕੇ ਉਹ ਦੂਜੀ ਸਾਈਡ ਵੀ ਪਾਣੀ ਪਾਣੀ ਫਿਰਦਾ ਇਹਦੀ ਹੈਲਪ ਕਰਨ ਵਾਸਤੇ ਓਵਰ ਸਾਈਜ਼ ਵਾਲੀ ਦੀ ਪੁਲਿਸ ਵੀ ਆਈ ਹੋਈ ਆ ਕਿਉਂਕਿ ਹੁਣ ਜਿੰਨਾ ਚਿਰ ਰੋਡ ਨਹੀਂ ਕਲੀਅਰ ਹੁੰਦਾ ਨਾ ਉੱਥੋਂ ਉਹ ਬੰਦਾ ਫਿਰਦਾ ਵਿੱਚ ਪਾਣੀ ਦੀ ਮੈਂ ਦਿਖਾਉਣਾ ਥੋੜ੍ਹਾ ਜਿਹਾ ਅੱਗੇ ਚੱਲ ਕੇ ਗੋਡੇ ਗੋਡੇ ਤੋਂ ਉੱਪਰ ਪਾਣੀ ਆ ਉਹਦੇ ਸੜਕ 'ਤੇ ਮੈਂ ਜ਼ੂਮ ਕਰਕੇ ਦਿਖਾਉਣਾ ਇਹ ਸਿਚੁਏਸ਼ਨ ਬਣੀ ਪਈ ਆ ਤਾਂਹੀਓ ਵਾਰਨਿੰਗ ਦੇ ਰਹੇ ਸੀਗੇ ਰਾਤ ਦੀ ਵੀ ਅਵੋਇਡ ਕਰੋ ਟਰੈਵਲਿੰਗ ਉਹ ਜਾ ਰਿਹਾ ਵਿੱਚ ਤੁਰਿਆ ਛੱਪੜ ਬਣਾ ਤਾ ਸੜਕ ਨੂੰ ਸਿਚੁਏਸ਼ਨ ਆ ਜਿਵੇਂ ਆਪਣੇ ਨੇ ਨਾਲੇ ਜੇ ਬਣੇ ਹੁੰਦੇ ਪਾਣੀ ਵਾਲੇ ਜਦੋਂ ਮੀਂਹ ਮੂੰਹ ਜ਼ਿਆਦਾ ਪੈ ਜਾਂਦਾ ਤਾਂ ਉਹਨਾਂ 'ਚ ਪਾਣੀ ਜਾ ਜਾਂਦਾ ਗਾ ਉਹੀ ਸਿਚੁਏਸ਼ਨ ਇੱਥੇ ਬਣੀ ਪੂਰਾ ਭਰਿਆ ਹੋਇਆ ਵਗ ਰਿਹਾ ਇਸ ਟਾਈਮ ਪੂਰਾ ਫੁੱਲ ਤੇਜ ਲਾਸਟ ਵੀਕ ਤੋਂ ਹੀ ਕਾਫੀ ਜ਼ਿਆਦਾ ਪੈ ਰਿਹਾ ਮੈਂ ਲਾਸਟ ਜਿੰਮ 'ਚ ਸੀਗਾ ਮੈਂ ਆਪਣੇ ਬ੍ਰੈਂਪਟਨ ਉੱਥੇ ਮੈਂ ਸੁਣੀ ਜਾਂਦਾ ਸੀਗਾ ਇੱਧਰ ਇੱਕ ਰੇਡੀਓ ਚੈਨਲ ਜਿਹਾ ਸੀ ਉੱਥੇ ਦੱਸ ਰਹੇ ਸੀਗੇ ਬੌਂਬ ਸਾਈਕਲੋਨ ਕਰਕੇ ਇਹਦਾ ਨਾਮ ਆ ਜਿਹੜਾ ਹੁਣ ਇੱਥੇ ਤੂਫਾਨ ਜਿਹੜਾ ਆਇਆ ਹੋਇਆ ਉਹਦੇ ਕਰਕੇ ਜਿਹੜਾ ਸੈਨ ਫਰਾਂਸਿਸਕੋ ਸਾਈਡ ਅਤੇ ਸੈਕਰਾਮੈਂਟੋ ਸਾਈਡ ਕਾਫੀ ਜ਼ਿਆਦਾ ਪਾਣੀ ਦੇ ਵਿੱਚ ਡੁੱਬੇ ਹੋਏ ਆ ਅਤੇ ਕਾਫੀ ਲੋਕਾਂ ਨੂੰ ਤਾਂ ਅਵੈਕੂਏਟ ਵੀ ਕੀਤਾ ਗਿਆ ਜਿਹੜੀਆਂ ਨੀਵੀਆਂ ਥਾਵਾਂ ਜਿੱਥੇ ਪਾਣੀ ਜ਼ਿਆਦਾ ਭਰ ਗਿਆ ਸੀਗਾ ਲਾਸਟ ਵੀਕ ਤਾਂ ਸਿਚੁਏਸ਼ਨ ਜ਼ਿਆਦਾ ਹੀ ਖਰਾਬ ਸੀਗੀ ਅਤੇ ਤਾਂ ਕਰਕੇ ਉਹ ਕਹਿ ਰਹੇ ਸੀਗੇ ਇਹਨਾਂ ਨੇ ਕਿਹਾ ਵੀ ਹੋਇਆ ਸੀਗਾ ਵੀ ਛੁੱਟੀਆਂ ਵਗੈਰਾ ਵੀ ਕਰਤੀਆਂ ਮੈਨੂੰ ਲੱਗਦਾ ਥਰਸਡੇ ਤੱਕ ਸ਼ਾਇਦ ਇਹਨਾਂ ਨੇ ਜਿਹੜੇ ਕੋਈ ਨੀਵੀਂ ਜਗ੍ਹਾ ਦੇ ਉੱਪਰ ਕੋਈ ਸਕੂਲ ਸੀਗੇ ਜਾਂ ਕੋਈ ਵੀ ਕੰਮ ਕਰਨ ਵਾਲੀਆਂ ਥਾਵਾਂ ਸੀਗੀਆਂ ਵੇਅਰ ਹਾਊਸ ਵਗੈਰਾ ਹੋ ਗਏ ਜਾਂ ਕੋਈ ਆਫਿਸ ਹੋ ਗਏ ਸਾਰੇ ਬੰਦ ਸੀਗੇ ਹੜ੍ਹਾਂ ਵਰਗੀ ਸਿਚੁਏਸ਼ਨ ਬਣੀ ਹੋਈ ਸੀਗੀ ਬਟ ਸਟਿੱਲ ਉਹੀ ਸਾਰਾ ਕੁਛ ਹਾਲੇ ਵੀ ਚੱਲ ਹੀ ਰਿਹਾ ਹੈਗਾ ਆਪਾਂ ਉਹ ਏਰੀਏ ਦੇ ਨੇੜੇ ਤੇੜੀ ਹਾਂ ਜਿੱਥੇ ਵੀ ਹੈਗਾ ਗਾ ਜਿਹੜੇ ਏਰੀਏ ਦੀ ਉਹ ਗੱਲ ਕਰ ਰਹੇ ਸੀਗੇ ਸੇਂਟ ਜੋਸੇ ਅਤੇ ਸੈਕਰਾਮੈਂਟੋ ਸੈਨ ਫਰਾਂਸਿਸਕੋ ਇੱਧਰਲੀ ਸਾਈਡ ਹੀ ਜ਼ਿਆਦਾ ਇਹ ਆਇਆ ਹੋਇਆ ਗਾ ਅਤੇ ਆਪਾਂ ਵੀ ਉਸੇ ਸਾਈਡ ਹੀ ਫਿਰਦੇ ਹਾਂ ਚੈੱਕ ਕਰੋ ਪਾਣੀ ਦੇ ਹਾਲਾਤ ਆਪਾਂ ਜਮ੍ਹਾਂ ਉਹਦੇ ਨੇੜੇ ਆ ਗਏ ਜਿਹੜਾ ਆਪਣਾ ਉਹ ਡਰੇਨ ਜੀ ਹੈ ਪਾਣੀ ਵਾਲੀ ਆਪਾਂ ਨਾਲਾ ਵੀ ਕਹਿ ਦਿੰਦੇ ਹਾਂ ਪੰਜਾਬੀ ਭਾਸ਼ਾ ਦੇ ਵਿੱਚ ਬਿਲਕੁਲ ਜਮ੍ਹਾਂ ਭਰਿਆ ਵਗ ਰਿਹਾ ਇਹ ਟੀ ਸੀ ਤੱਕ ਅਤੇ ਆਪਾਂ ਸੜਕ 'ਤੇ ਜਾ ਰਹੇ ਹਾਂ ਅਤੇ ਨਾਲ ਨਾਲ ਹੀ ਕਿਉਂਕਿ ਲੋਕਲ ਰੋਡ ਹਾਈਵੇ ਬੰਦ ਆ ਜਿਵੇਂ ਤੁਹਾਨੂੰ ਦਿਖਾਇਆ ਸੀਗਾ ਹੁਣ ਇਹ ਲੋਕਲ ਰੋਡ ਕੱਢ ਰਿਹਾ ਆਪਾਂ ਨੂੰ ਅਤੇ ਲੋਕਲ ਰੋਡ ਵੀ ਇਹ ਸਾਰੀ ਜਾਮ ਆ ਕਿਉਂਕਿ ਟ੍ਰੈਫਿਕ ਸਾਰਾ ਜਦੋਂ ਇੱਧਰ ਕਨਵਰਟ ਹੋ ਗਿਆ ਤਾਂ ਤੁਹਾਨੂੰ ਪਤਾ ਲੋਕਲ ਰੋਡ ਤਾਂ ਫਿਰ ਲੋਕਲ ਹੀ ਹੁੰਦੀ ਆ ਜਦੋਂ ਹਾਈਵੇ ਦਾ ਟ੍ਰੈਫਿਕ ਇੱਧਰ ਕਨਵਰਟ ਕਰਤਾ ਉਹਦੇ ਕਰਕੇ ਇਹ ਜ਼ਿਆਦਾ ਦਿੱਕਤ ਆਈ ਹੋਈ ਆ ਆਪਾਂ ਇੰਨੀ ਕੁ ਰੋਡ ਆ ਜਿਹੜੀ ਆਪਣੇ ਸਾਹਮਣੇ ਆ ਯਾਨੀ ਕਿ ਸਿੰਗਲ ਆ ਇੱਧਰੋਂ ਹੀ ਜਾਣ ਵਾਲਾ ਅਤੇ ਇੱਥੇ ਆਉਣ ਵਾਲਾ ਦੋਨੇ ਪਾਸੇ ਬੰਬ ਸਾਈਕਲੋਨ ਨੇ ਬੰਬ ਬੁਲਾਈ ਪਈ ਆ ਇਹਨਾਂ ਦੀ ਇੱਧਰ ਵੀ ਸਾਰੇ ਬਾਗ ਬੂਗ ਇਹਨਾਂ ਦੇ ਭਰੇ ਪਏ ਆ ਵਿਚਾਰਿਆਂ ਦੇ ਡੁੱਬਿਆ ਪਿਆ ਸਾਰਾ ਕੁਛ ਪਾਣੀ ਦੇ ਵਿੱਚ ਆਪਾਂ ਸੜਕ 'ਤੇ ਹੀ ਆ ਸਟਿੱਲ ਜਾਮ ਹੀ ਆ ਨਾ ਕੁਛ ਪਤਾ ਲੱਗ ਰਿਹਾ ਵੀ ਜਾਣਾ ਕਿੱਧਰ ਨੂੰ ਜਿੱਧਰ ਜਾਂਦੇ ਹਾਂ ਉੱਧਰੇ ਮੂਹਰੇ ਰੋਡ ਬੰਦ ਆ ਹੁਣ ਇੱਧਰ ਨੂੰ ਫੇਰ ਜਾ ਰਹੇ ਕਿਉਂਕਿ ਆਪਣੀ ਲੋਕੇਸ਼ਨ ਤਾਂ ਇੱਥੋਂ ਸਾਰੀ ਰਹਿ ਗਈ ਆ 10 ਕਿਲੋਮੀਟਰ ਬਟ ਆਪਾਂ ਗੇੜੇ ਇਸੇ ਸ਼ਹਿਰ ਦੇ ਵਿੱਚ ਹੀ ਕੱਢੀ ਜਾਂਦੇ ਹਾਂ ਉਦੋਂ ਦੀ ਲਾਸਟ 2 ਘੰਟਿਆਂ ਦੇ ਹੁਣ ਅੱਗੇ ਜਾ ਰਹੇ ਅੱਗੇ ਵੀ ਉਹ ਪੁਲਿਸ ਦੀਆਂ ਗੱਡੀਆਂ ਖੜੀਆਂ ਹਾਈਵੇ ਅੱਗੇ ਵੀ ਬੰਦ ਲੱਗਦਾ ਦੇਖੋ ਅੱਗੇ ਕਿਹੜੇ ਪਾਸੇ ਨੂੰ ਖੜ੍ਹਦੇ
ਆਪਾਂ ਸਾਹਮਣੇ ਆ ਗਏ ਸੀਗੇ ਇੱਥੋਂ ਫਿਰ ਯੂ ਟਰਨ ਜਿਵੇਂ ਟਰੱਕ ਯੂ ਟਰਨ ਮਾਰੀ ਜਾਂਦਾ ਪੁਲਿਸ ਵਾਲੇ ਖੜੇ ਆ ਫਿਰ ਯੂ ਟਰਨ ਮਰਾ ਰਹੇ ਕਿਉਂਕਿ ਉਹ ਰੋਡ ਦੇ ਉੱਪਰ ਪਾਣੀ ਬਹੁਤ ਜ਼ਿਆਦਾ ਆਇਆ ਫਿਰਦਾ ਸਾਹਮਣੇ ਪਹਿਲਾਂ ਅਸੀਂ ਮੋੜਦੇ ਸੀ ਮੋੜਿਆ ਨਹੀਂ ਸਾਨੂੰ ਇਹ ਸੀ ਪਤਾ ਨਹੀਂ ਉੱਧਰ ਦੀ ਰੋਡ ਜਾਊ ਕਿ ਨਾ ਜਾਊ ਜੇ ਉੱਥੋਂ ਮੋੜ ਲੈਂਦੇ ਵਧੀਆ ਰਹਿੰਦੇ ਹੁਣ ਇੱਧਰ ਨੂੰ ਆਏ ਹਾਂ ਨਾਲ ਟਾਈਮ ਵੇਸਟ ਹੋਇਆ ਹੁਣ ਇੱਥੋਂ ਫਿਰ ਵਾਪਸ ਆਪਾਂ ਨੂੰ ਮੋੜ ਕੇ ਲਿਜਾਣਾ ਪਊਗਾ ਟਰੱਕ ਕਿ ਇਹ ਸਿਚੁਏਸ਼ਨ ਹੈ ਇੱਥੋਂ ਦੀ ਪਾਣੀ ਦੀ ਤਾਂ ਤੁਸੀਂ ਪਾਣੀ ਦੇਖ ਹੀ ਸਕਦੇ ਹੋ ਉੱਧਰ ਚਾਰ ਚੁਫੇਰੇ ਸਾਹਮਣੇ ਯੂ ਟਰਨ ਮਰਾ ਰਹੇ ਆ ਪੁਲਿਸ ਵਾਲੇ ਅੱਗੇ ਲੰਘਣ ਨਹੀਂ ਦੇ ਰਹੇ ਕਿਸੇ ਨੂੰ ਵੀ ਸਾਰੇ ਟਰੱਕਾਂ ਵਾਲੇ ਉੱਥੋਂ ਹੀ ਮੋੜ ਮੋੜ ਲਈ ਜਾਂਦੇ ਆ ਵਾਪਸ ਸਿਚੁਏਸ਼ਨ ਬਹੁਤ ਮਾੜੀ ਹੋਈ ਪਈ ਹੈ ਆਪਾਂ ਵੀ ਉੱਥੋਂ ਮੋੜ ਲਾਂਗੇ ਜਿੱਥੋਂ ਮੋੜੀ ਜਾਂਦੇ ਆ ਇੱਧਰ ਪਾਣੀ ਦੇਖ ਲਓ ਸਾਰਾ ਡੁੱਬਿਆ ਪਿਆ ਦੂਰ ਤੱਕ ਅੱਗੇ ਵੀ ਐਵੇਂ ਹੀ ਆਪਣੇ ਸੁਪਰਮੈਨ ਨੇ ਤਾਂ ਮਾਰਤਾ ਯੂ ਟਰਨ ਹੁਣ ਆਪਾਂ ਵੀ ਮਾਰਦੇ ਹਾਂ ਇੱਥੋਂ ਇਵੇਂ ਪਾਣੀ ਆਇਆ ਫਿਰਦਾ ਸੜਕ 'ਤੇ ਆਹ ਸਿਚੁਏਸ਼ਨ ਆ ਪਿਕਅਪ 'ਤੇ ਆਪਾਂ ਪਹੁੰਚ ਗਏ ਸੀਗੇ ਪਹੁੰਚੇ ਤਾਂ ਥੋੜ੍ਹਾ ਜਿਹਾ ਡਿਲੇਅ ਨਾਲ ਹੀ ਆ ਟ੍ਰੈਫਿਕ ਜਾਮ ਹੋਣ ਕਰਕੇ ਪਰ ਆਪਾਂ ਪਹੁੰਚ ਗਏ ਹਾਂ ਇਹ ਸਾਹਮਣੇ ਦਾ ਵਿਊ ਹੈਗਾ ਚਾਰ ਚੁਫੇਰੇ ਪਹਾੜ ਹੀ ਨੇ ਇੱਥੇ ਪਹਾੜਾਂ ਦੇ ਉੱਪਰ ਬੱਦਲ ਮੀਂਹ ਕਾਫੀ ਪੈ ਰਿਹਾ ਹੈਗਾ ਇੱਥੇ ਤਾਂ ਹੁਣ ਹੈ ਨਹੀਂ ਆਪਾਂ ਜਿੱਥੇ ਖੜ੍ਹੇ ਹੋਏ ਹਾਂ ਬਟ ਜਿਹੜੇ ਆਸੇ ਪਾਸੇ ਹੈਗੇ ਆ ਪਹਾੜ ਉੱਚੇ ਉਹਨਾਂ ਉੱਪਰ ਹੈਗੇ ਆ ਬੱਦਲ ਫਿਰਦੇ ਹਾਲੇ ਵੀ ਡੋਰ ਆਪਾਂ ਨੂੰ ਮਿਲ ਗਿਆ ਸੀਗਾ ਟਰੱਕ ਆਪਾਂ ਆਪਣਾ ਡੋਰ 'ਤੇ ਲਾ ਤਾ ਲੋਡਿੰਗ ਬਸ ਆਲਮੋਸਟ ਉਹਨੇ ਸਟਾਰਟ ਕਰ ਹੀ ਦਿੱਤੀ ਹੈਗੀ ਇੱਧਰ ਆਪਾਂ ਲਾ ਤਾ ਜੀ ਸਾਹਮਣੇ ਲੋਡਿੰਗ ਸਟਾਰਟ ਕਰਤੀ ਉਹਨਾਂ ਨੇ ਜਦੋਂ ਇਹ ਲੋਡ ਹੁੰਦਾ ਤਾਂ ਫਿਰ ਇਦੋਂ ਬਾਅਦ ਦੋ ਪਿਕਅਪ ਆਪਣੀਆਂ ਹੋਰ ਆ ਉਹ ਦੋਨੇ ਵੀ ਆਪਾਂ ਫਿਰ ਕਰਕੇ ਫਿਰ ਚੱਲਾਂਗੇ ਵਾਪਸ ਲਾਸਟ ਆਪਾਂ 12 ਵਜੇ ਕਰਨਾ ਚਾਹੀਦਾ ਜਿਹੜੀ ਲਾਸਟ ਆਪਣੀ ਪਿਕਅਪ ਆ ਉਹ ਰਾਤ ਨੂੰ ਆ 12 ਵਜੇ ਉਹ ਕਰਕੇ ਫਿਰ ਆਪਾਂ ਇੱਥੋਂ ਨਿਕਲਾਂਗੇ ਸਵਾਗਤ ਤੁਹਾਡਾ ਇੱਕ ਵਾਰੀ ਫਿਰ ਤੋਂ ਪਹਾੜਾਂ ਦੇ ਵਿੱਚ ਮੀਂਹ ਹਾਲੇ ਪੈ ਰਿਹਾ ਮੀਂਹ ਰਾਤ ਦਾ ਹੀ ਚੱਲੀ ਜਾਂਦਾ ਹੈ ਮੈਨੂੰ ਲੱਗਦੀ ਡਬੋਊਗਾ ਇੱਥੋਂ ਦੇ ਲੋਕਾਂ ਨੂੰ ਫਿਰ ਹੀ ਹਟੂਗਾ ਪਿਕਅਪ ਆਪਣੀ ਹੋ ਗਈ ਸੀਗੀ ਮੋਰਨਿੰਗ ਆਪਾਂ 4 ਵਜੇ ਫ੍ਰੀ ਹੋਏ ਹਾਂ ਅਰਾਊਂਡ ਆਪਾਂ ਨੂੰ 12 ਘੰਟੇ ਲੱਗ ਗਏ 3 ਪਿਕਅਪਾਂ ਸੀਗੀਆਂ ਆਪਣੀਆਂ ਤਿੰਨੋਂ ਕਰਦੇ ਕਰਦੇ ਆਪਾਂ 4 ਵਜੇ ਫ੍ਰੀ ਹੋਏ ਹਾਂ ਮੋਰਨਿੰਗ ਉਦੋਂ ਤੋਂ ਲੈ ਕੇ ਆਪਾਂ ਲਗਾਤਾਰ ਚਲਾ ਰਹੇ ਹਾਂ ਟਰੱਕ 400 ਕਿਲੋਮੀਟਰ ਕੱਢਤਾ 4 ਘੰਟੇ ਹੋ ਗਏ ਆਪਾਂ ਨੂੰ ਟਰੱਕ ਚਲਾਉਂਦੇ ਘੰਟੇ ਦੀ ਸ਼ਿਫਟ ਆਪਣੀ ਹੋਰ ਅੱਗੇ ਚੱਲ ਕੇ ਆਪਾਂ ਰੋਕਦੇ ਹਾਂ ਲਾਭ ਦੇ ਪੰਪ 'ਤੇ ਨਾਲ ਤੁਹਾਨੂੰ ਸ਼ਿਫਟ ਚੇਂਜ ਕਰ ਲਾਂਗੇ ਅਤੇ ਨਾਲੇ ਉੱਥੇ ਚਾਹ ਵਗੈਰਾ ਪੀ ਲਾਂਗੇ ਚੱਲ ਪਹਾੜ ਹੈਗੇ ਤਾਂ ਸੋਹਣੇ ਆ ਪਰ ਇਹ ਵੀ ਸੜਕ ਥੋੜ੍ਹੀ ਸਲਿਪਰੀ ਹੋਈ ਪਈ ਹੈ ਮੀਂਹ ਪੈਣ ਕਰਕੇ ਤਾਂ ਜੋ ਥੋੜ੍ਹਾ ਹਿਸਾਬ ਨਾਲ ਹੀ ਜਾ ਰਹੇ ਹਾਂ ਆਪਾਂ ਲਾਸਟ 24-25 ਘੰਟੇ ਤੋਂ ਆਪਾਂ ਲਗਾਤਾਰ ਮੀਂਹ ਦੇ ਵਿੱਚ ਹੀ ਟਰੱਕ ਡਰਾਈਵ ਕਰੀ ਜਾਂਦੇ ਹੁਣ ਜਾ ਕੇ ਥੋੜ੍ਹਾ ਜਿਹਾ ਵੈਦਰ ਸਾਫ਼ ਹੋਇਆ ਬੱਦਲਬਾਜ਼ੀ ਤਾਂ ਹੈਗੀ ਆ ਤਾਂ ਤੁਸੀਂ ਦੇਖ ਵੀ ਸਕਦੇ ਹੋ ਸਾਹਮਣੇ ਬੱਦਲ ਬਟ ਇੱਧਰ ਨੂੰ ਮੀਂਹ ਹੈ ਨਹੀਂ ਗਾ ਜਮਾਂ ਸੁੱਕਾ ਪਿਆ ਕੰਮ ਰੋਡ ਵੀ ਬਿਲਕੁਲ ਸੁੱਕਾ ਹੈਗਾ ਅਤੇ ਆਸੇ ਪਾਸੇ ਆਪਾਂ ਜਿਹੜਾ ਦੇਖਦੇ ਹੈਗੇ ਵੈਸੇ ਤਾਂ ਇਹ ਥੋੜ੍ਹਾ ਜਿਹਾ ਜਿਵੇਂ ਆਪਾਂ ਕਹਿ ਦਈਏ ਮਾਰੂ ਥਲ ਟਾਈਪ ਜਾਈਏ ਕੰਮ ਅਤੇ ਇੱਧਰ ਨੂੰ ਮੀਂਹ ਹੈ ਨਹੀਂ ਗਾ ਹੁਣ ਜਾ ਕੇ ਥੋੜ੍ਹੀ ਸੁਰਤ ਆਈ ਹੈ ਪਹਿਲਾਂ ਤਾਂ ਬੁਰਾ ਹਾਲ ਹੋਇਆ ਪਿਆ ਕਿਉਂਕਿ ਰੋਡ ਸਲਿਪਰੀ ਸੀਗਾ ਪੰਪ ਆਉਣ ਵਾਲਾ ਆਪਣਾ ਰਹਿ ਗਿਆ 18 ਕਿਲੋਮੀਟਰ ਰਹਿ ਗਿਆ ਪੰਪ ਉੱਥੇ ਚੱਲ ਕੇ ਤੇਲ ਪਵਾ ਲੈਂਦੇ ਹਾਂ ਨਾਲੇ ਸ਼ਿਫਟ ਚੇਂਜ ਕਰਦੇ ਉੱਥੇ ਚੱਲ ਕੇ ਜੋ ਕੁਛ ਵੀ ਚੱਲ ਰਿਹਾ ਸਾਰਾ ਕੁਛ ਇਨਵਾਇਰਮੈਂਟ ਚੇਂਜ ਕਰਕੇ ਆ ਪੂਰੀ ਦੁਨੀਆ ਦੇ ਵਿੱਚ ਹੀ ਸਾਰਾ ਕੁਛ ਇਹ ਹੋ ਹੀ ਜਾਂਦਾ ਜਿਵੇਂ ਇੱਥੇ ਐਤਕੀ ਮੀਂਹ ਬਹੁਤ ਪੈ ਰਿਹਾ ਹੈਗਾ ਕੈਲੀਫੋਰਨੀਆ ਦੇ ਵਿੱਚ ਜਿਹੜਾ ਕੈਲੀਫੋਰਨੀਆ ਦਾ ਪਾਰਟ ਨਵਾਡਾ ਦੇ ਨਾਲ ਲੱਗਦਾ ਉੱਧਰ ਸਨੋਅ ਬਹੁਤ ਜ਼ਿਆਦਾ ਗੀ ਇਵੇਂ ਜਿਵੇਂ ਸਰੀ ਵੈਨਕੂਵਰ ਵਗੈਰਾ ਉੱਧਰ ਸਨੋਅ ਘੱਟ ਪੈਂਦੀ ਸੀ ਐਤਕੀ ਕਾਫੀ ਪੈ ਗਈ ਆਪਣੇ ਵਾਲਾ ਏਰੀਆ ਜਿਹੜਾ ਟੋਰਾਂਟੋ ਸਾਈਡ ਐਤਕੀ ਸਨੋਅ ਥੋੜ੍ਹੀ ਜਿਹੀ ਘੱਟ ਆ ਉੱਥੇ ਇਵੇਂ ਜਿਵੇਂ ਪੰਜਾਬ ਦੇ ਵਿੱਚ ਮੈਂ ਸੁਣ ਰਿਹਾ ਸੀ ਪਿਛਲੇ ਦਿਨ ਹੀ ਕਹਿੰਦੇ 20 ਸਾਲਾਂ ਦਾ ਰਿਕਾਰਡ ਟੁੱਟ ਗਿਆ ਠੰਡ ਦਾ ਇੰਨੀ ਜ਼ਿਆਦਾ ਠੰਡ ਪਈ ਹੈ ਹੁਣ ਵੀ ਕਾਫੀ ਠੰਡ ਪੈ ਰਹੀ ਹੈ ਉੱਥੇ ਅਤੇ ਹਰ ਕਿਤੇ ਹੀ ਹੋ ਰਿਹਾ ਜਿੱਥੇ ਮੀਂਹ ਨਹੀਂ ਪੈਂਦੇ ਉੱਥੇ ਹੜ੍ਹ ਆਏ ਫਿਰਦੇ ਆ ਜਿੱਥੇ ਸਨੋਹ ਨਹੀਂ ਪੈਂਦੀ ਉੱਥੇ ਸਨੋਹ ਪੈ ਰਹੀ ਆ ਜਿੱਥੇ ਪੈਂਦੀ ਸੀ ਉੱਥੇ ਪੈਰੋਂ ਹਟ ਗਈ ਆ ਅਤੇ ਇਹ ਚੀਜ਼ਾਂ ਅੱਗੇ ਜਾ ਕੇ ਵੀ ਫੇਸ ਕਰਨੀਆਂ ਪੈਣਗੀਆਂ ਲੋਕਾਂ ਨੂੰ ਕਾਫੀ ਜ਼ਿਆਦਾ ਜਿਹੜੇ ਹਿਸਾਬ ਦੇ ਨਾਲ ਸਾਰਾ ਕੁਝ ਚੇਂਜ ਹੋ ਰਿਹਾ ਹੈ
जॉपलिन आ गए आप, एंटर हो गया मिजूरी दे विच। 1600 किलोमीटर रह गया अपना इतों टोरंटो। हुण आप रुके सी जिम दे विच, अपने पिछे जिम है इधर प्लैनेट फिटनेस, जिम लाने फिर ला के जिम इतने 2 घंटे ला के नाले नहाता नहुता जाऊगा नाले जिम लग जूगी, क्यों कल भी नहीं लाई, परसों शायद आप ला नहीं परसों भी नहीं लाई सी, शायद चौथे लाई सी, हो गया 3 दिन। हुण अज लाने ला के ते फिर चलांगे आपां। ते अज्ज वाला ब्लॉग आप करदे इत्थे समाप्त। तुहाडा सारिआं दा बहुत बहुत धन्नवाद।